ਦੇ ਵਿੱਚ ਸਾਲਾਂ ਦੀ ਤਿਆਰੀ ਜਾਂ ਬੁਨਿਆਦ ਬਣਾਉਣ ਦੀ ਲੋੜ ਪੈਂਦੀ ਹੈ। ਜਿਸ ਤਰ੍ਹਾਂ ਪਹਿਲੀ ਗੱਲ ਕੀਤੀ ਸੀ, ਆਪਾਂ ਉਹਨਾਂ ਨੂੰ ਪੰਜ ਕਿਵੇਂ ਦਿੰਦੇ ਹਾਂ? ਅੱਛਾ, ਵਿਵਹਾਰਿਕ ਰੂਪ ਨਾਲ ਆਪਣੇ ਬੱਚਿਆਂ ਨੂੰ ਸ਼ੁਰੂਆਤ ਤੋਂ ਹੀ ਇਸ ਸਮੇਂ 'ਚ ਕੇਵਲ ਇੱਕ ਵਿਕਲਪ ਲੈਣਾ ਸਿਖਾਉਣਾ ਜ਼ਰੂਰੀ ਹੈ। ਉਹਨਾਂ ਨੂੰ ਜ਼ਿੰਮੇਵਾਰ ਬਣਨਾ ਸਿਖਾਉਣ ਦੀ ਲੋੜ ਹੈ। ਸਕੂਲ ਅਤੇ ਘਰ ਦੀ ਜ਼ਿੰਮੇਵਾਰੀ ਪੂਰੀ ਕਰਨੀ, ਕਿਸ਼ੋਰ ਅਵਸਥਾ ਦੇ ਵਿੱਚ ਦੀ ਜ਼ਿੰਮੇਵਾਰੀ, ਜਿਵੇਂ ਜਿਵੇਂ ਉਹ ਵੱਡੇ ਹੁੰਦੇ ਆ ਤਾਂ ਉਹਨੂੰ ਬਹੁਤ ਜ਼ਿਆਦਾ ਜ਼ਿੰਮੇਵਾਰੀ ਮਿਲੇ। ਇਸ ਤਰ੍ਹਾਂ ਉਹ ਆਪਣੇ ਖੁਦ ਦੇ ਨਿਰਣੇ ਕਰਕੇ ਅਤੇ ਆਪਣੇ ਜੀਵਨ ਨੂੰ ਚਲਾਉਣਾ ਸਿੱਖ ਜਾਣ। ਇੱਕ ਹੋਰ ਜ਼ਰੂਰੀ ਹੈ, ਜਿੰਨੇ ਜ਼ਿਆਦਾ ਜ਼ਿੰਮੇਵਾਰ ਉਹ ਹੋਣਗੇ ਉਨੀ ਜ਼ਿਆਦਾ ਆਜ਼ਾਦੀ ਦਾ ਲੁਤਫ ਉਹ ਉਠਾ ਪਾਉਣਗੇ। ਮੈਂ ਹਮੇਸ਼ਾ ਇਸ ਗੱਲ ਨਿਸ਼ਚਿਤ ਕੀਤੀ ਹੈ, ਇਸ ਗੱਲ ਨੂੰ ਜਾਣ ਲੈ ਕਿ ਯਦੀ ਉਹਨੇ ਤਾਂ ਉਹਦਾ ਪਰਿਣਾਮ ਉਹਨਾਂ ਵਾਸਤੇ ਭਲਾਈ ਲੈ ਕੇ ਹੀ ਆਏ। ਉੜਨ ਲਈ ਆਜ਼ਾਦੀ। ਮੈਂ ਤੁਹਾਡੇ ਨਾਲ ਅੱਜ ਪ੍ਰਾਰਥਨਾ ਕਰਨਾ ਚਾਹੁੰਦੀ ਹਾਂ। ਪ੍ਰਾਰਥਨਾ ਕਰੀ ਸਰਵ ਸ਼ਕਤੀਮਾਨ ਪਰਮੇਸ਼ਵਰ, ਸਾਨੂੰ ਤੇਰੀ ਕਿੰਨੀ ਲੋੜ ਹੈ। ਸਾਨੂੰ ਦਿੱਤੇ ਹੋਏ ਬੱਚਿਆਂ ਨੂੰ ਸਹੀ ਦਿਸ਼ਾ ਅਤੇ ਸਹੀ ਮਾਰਗ ਵਿੱਚ ਬਣਾਉਣ, ਸਾਨੂੰ ਤੇਰੀ ਬੁੱਧੀ ਅਤੇ ਅਨੁਗ੍ਰਹਿ ਦੀ ਲੋੜ ਹੈ। ਸਾਡੀ ਮਦਦ ਕਰ ਪ੍ਰਭੂ, ਬੱਚਿਆਂ ਨੂੰ ਆਜ਼ਾਦੀ ਦੇ ਕੇ ਤੇਰੀ ਅਗਵਾਈ ਦੇ ਵਿੱਚ ਉਹਨਾਂ ਨੂੰ ਉੜਨ ਦੇ ਬਾਰੇ ਤੂੰ ਸਾਨੂੰ ਸਿਖਾ ਪਰਮੇਸ਼ਵਰ। ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਪ੍ਰਾਰਥਨਾ ਕਰਾਂਗੇ।